ਸਤਿ ਸ਼੍ਰੀ ਅਕਾਲ ਦੋਸਤੋ, ਪਿੰਡ ਸੀਰੀਜ਼ ਦੇ ਇੱਕ ਹੋਰ ਨਵੀਂ ਵੀਡੀਓ ਸਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਜੀ। ਦੋਸਤੋ, ਤੁਸੀਂ ਵੀ ਸਾਰੇ ਹੀ ਜਾਣਦੇ ਹੋ ਕਿ ਮਾਨ ਸਾਹਿਬ ਦਾ ਅੜ ਪੰਜਾਬੀ ਸੌਂਗ ਇੱਕ ਅਜਿਹਾ ਸੌਂਗ ਬਣ ਚੁੱਕਿਆ ਹੈ ਜਿਸ ਦੇ ਕਿ ਉੱਪਰ ਹੁਣ ਤੱਕ ਬਹੁਤ ਸਾਰੀਆਂ ਕੰਟਰੋਵਰਸੀਸ ਹੋ ਚੁੱਕੀਆਂ ਹਨ। ਅਤੇ ਦੋਸਤੋ, ਇਸ ਦੇ ਹੀ ਨਾਲ ਹੁਣ ਤੱਕ ਇਹ ਸੌਂਗ ਨੇ ਬਹੁਤ ਵੱਡੇ ਵੱਡੇ ਰਿਕਾਰਡ ਤੋੜੇ ਹਨ, ਜਿਵੇਂ ਕਿ ਆਡੀਓ ਦੇ ਮਾਮਲੇ ਵਿੱਚ ਅੜ ਪੰਜਾਬੀ ਸੌਂਗ ਇੰਡੀਆ ਦਾ ਪਹਿਲਾ ਅਜਿਹਾ ਸੌਂਗ ਹੈ ਜਿਸ ਉੱਪਰ ਕਿ ਸਭ ਤੋਂ ਵੱਧ ਕਮੈਂਟ ਕੀਤੇ ਗਏ ਹਨ। ਅਤੇ ਦੋਸਤੋ, ਇਸ ਤੋਂ ਬਾਅਦ ਵਿੱਚ ਹੁਣ ਇਸ ਸੌਂਗ ਦੇ ਉੱਪਰ ਲਗਭਗ 14 ਮਿਲੀਅਨ ਵਿਊ ਪੂਰੇ ਹੋ ਚੁੱਕੇ ਹਨ। ਅਤੇ ਇਸ ਦੇ ਹੀ ਨਾਲ ਦੋਸਤੋ, ਇਹ ਸੌਂਗ ਦੀ ਵੀਡੀਓ ਪਹਿਲਾਂ ਇੰਡੀਆ ਦੇ ਵਿੱਚ ਸ਼ੂਟ ਕੀਤੀ ਗਈ ਸੀ ਖੰਟਮਾਨਪੁਰ ਦੇ ਵਿੱਚ, ਪਰ ਦੋਸਤੋ ਇਸ ਤੋਂ ਬਾਅਦ ਵਿੱਚ ਮਾਨ ਸਾਹਿਬ ਚਲੇ ਗਏ ਕੈਨੇਡਾ, ਅਤੇ ਕੈਨੇਡਾ ਵਿੱਚ ਜਾਣ ਤੋਂ ਬਾਅਦ ਉੱਥੇ ਇਸ ਸੌਂਗ ਦਾ ਦੁਬਾਰਾ ਸ਼ੂਟ ਕੀਤਾ ਗਿਆ। ਅਤੇ ਸੌਂਗ ਦੀ ਸ਼ੂਟਿੰਗ ਟਾਈਮ ਦੀਆਂ ਵੀਡੀਓਜ਼ 'ਤੇ ਇਹ ਲੱਗ ਰਿਹਾ ਸੀ ਕਿ ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਡਾ ਸੌਂਗ ਹੋਣ ਵਾਲਾ ਹੈ ਅੜ ਪੰਜਾਬੀ, ਜਿਸ ਦੀ ਕਿ 10 ਮਿੰਟ ਦੀ ਵੀਡੀਓ ਬਹੁਤ ਵੱਡੇ ਵੱਡੇ ਰਿਕਾਰਡ ਤੋੜੇਗੀ, ਕਿਉਂਕਿ ਇਸ ਸੌਂਗ ਦੇ ਵਿੱਚ ਗੱਲਾਂ ਹੀ ਕੁਝ ਅਜਿਹੀਆਂ ਹਨ ਜਿਨ੍ਹਾਂ ਦੇ ਕਾਰਨ ਕਿ ਇਸ ਸੌਂਗ ਨੂੰ ਬਹੁਤ ਜ਼ਿਆਦਾ ਸਪੈਸ਼ਲ ਮੰਨਿਆ ਜਾਂਦਾ ਹੈ। ਅਰੇ ਦੋਸਤੋ, ਜਿੰਨਾ ਕਿ ਪਿਆਰ ਤੁਸੀਂ ਇਸ ਸੌਂਗ ਦੀ ਆਡੀਓ ਨੂੰ ਦਿੱਤਾ, ਉਸ ਤੋਂ ਵੀ ਕਿਤੇ ਵੱਧ ਤੁਹਾਨੂੰ ਸੋਹਣੀ ਲੱਗਣ ਵਾਲੀ ਹੈ ਇਸ ਸੌਂਗ ਦੀ ਵੀਡੀਓ, ਜਿਸ ਨੂੰ ਕਿ ਡਾਇਰੈਕਟ ਕੀਤਾ ਸੀ ਹੈਰੀ ਚਾਲ ਨੇ। ਅਤੇ ਦੋਸਤੋ, ਤੁਹਾਨੂੰ ਦੱਸ ਦਈਏ, ਹੈਰੀ ਚਾਲ ਵੱਲੋਂ ਇਸ ਸੌਂਗ ਦਾ ਪੂਰਾ ਕਨਸੈਪਟ ਬਣਾਇਆ ਗਿਆ ਸੀ, ਜੋ ਕਿ ਹੁਣ ਪੰਜਾਬ ਦੇ ਵਿੱਚ ਵੀ ਲੀਕ ਹੋਣ ਲੱਗ ਪਿਆ ਹੈ। ਦੋਸਤੋ, ਤੁਹਾਨੂੰ ਦੱਸ ਦਈਏ, ਪੰਜਾਬ ਦੇ ਇੱਕ ਹੋਰ ਨਾਮੀ ਸਿੰਗਰ ਨੇ ਵੀ ਬੱਬੂ ਮਾਨ ਦੀਆਂ ਲੁਕਸ ਚੋਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਦੋਸਤੋ, ਤੁਹਾਨੂੰ ਦੱਸ ਦਈਏ, ਇਸ ਸੌਂਗ ਦੇ ਵਿੱਚ ਤੁਹਾਨੂੰ 6 ਕਰੈਕਟਰ ਦੇ ਵਿੱਚ ਮਾਨ ਸਾਹਿਬ ਦੇਖਣ ਵਾਲੇ ਹਨ, ਪਰ ਦੋਸਤੋ ਇੱਕ ਕਰੈਕਟਰ ਅਜਿਹਾ ਹੈ ਜਿਸ ਵਿੱਚ ਕਿ ਮਾਨ ਸਾਹਿਬ ਸੰਜੇ ਦੱਤ ਲੁੱਕ ਵਿੱਚ ਬਾਈਕਸ ਉੱਪਰ ਦਿਖਣਗੇ। ਦੋਸਤੋ, ਹੁਣ ਉਸੇ ਲੁੱਕ ਨੂੰ ਹੀ ਕਾਪੀ ਕਰਕੇ 2 ਤੋਂ 3 ਸੌਂਗ ਬਣਨੇ ਸ਼ੁਰੂ ਹੋ ਚੁੱਕੇ ਹਨ, ਜਿਸ ਦੇ ਕਿ ਵੀਡੀਓਜ਼ ਅਤੇ ਫੋਟੋਜ਼ ਉਸੇ ਹੀ ਤਰ੍ਹਾਂ ਮਾਨ ਸਾਹਿਬ ਵਾਂਗੂ ਵਾਇਰਲ ਹੋ ਰਹੀਆਂ ਹਨ। ਅਤੇ ਦੋਸਤੋ, ਡਿਟੋ ਕਾਪੀ ਉਸੇ ਫੋਟੋ ਦੀ ਕੀਤੀ ਜਾ ਰਹੀ ਹੈ ਜੋ ਕਿ ਤੁਸੀਂ ਸਕਰੀਨ ਉੱਪਰ ਦੇਖ ਪਾ ਰਹੇ ਹੋਗੇ। ਪਰ ਦੋਸਤੋ, ਅਸਲ ਵਿੱਚ ਤੁਹਾਨੂੰ ਦੱਸ ਦਈਏ ਕਿ ਜਿਹੜੇ ਮੋਟਰਸਾਈਕਲ ਅਤੇ ਜਿਹੜੀਆਂ ਚੀਜ਼ਾਂ ਮਾਨ ਸਾਹਿਬ ਨੇ ਅੜ ਪੰਜਾਬੀ ਸੌਂਗ ਦੇ ਵਿੱਚ ਕੈਨੇਡਾ ਵਿੱਚ ਲਈਆਂ ਹਨ, ਉਹ ਇੰਡੀਆ ਵਿੱਚ ਤੁਹਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲਣੀ। ਅਤੇ ਦੋਸਤੋ, ਹੁਣ ਇਸ ਤੋਂ ਬਾਅਦ ਵਿੱਚ ਗੱਲ ਕਰ ਲੈਂਦੇ ਹਾਂ ਇੱਕ ਹੋਰ ਵੱਡੀ ਅਪਡੇਟ ਦੀ। ਦੋਸਤੋ, ਤੁਸੀਂ ਵੀ ਸਾਰੇ ਹੀ ਜਾਣਦੇ ਹੋ ਕਿ 2 ਦਿਨ ਤੋਂ ਮਾਨ ਸਾਹਿਬ ਦੇ ਅੜ ਪੰਜਾਬੀ ਸੌਂਗ ਬਾਰੇ ਬਹੁਤ ਜ਼ਿਆਦਾ ਅਫਵਾਹਾਂ ਆ ਰਹੀਆਂ ਹਨ, ਅਤੇ ਇਹ ਗੱਲਾਂ ਕਹੀਆਂ ਜਾ ਰਹੀਆਂ ਹਨ ਕਿ ਮਾਨ ਸਾਹਿਬ ਇੰਡੀਆ ਆਏ ਹੋਏ ਹਨ ਅਤੇ ਅੜ ਪੰਜਾਬੀ ਸੌਂਗ ਦਾ ਸ਼ੂਟ ਚੱਲ ਰਿਹਾ ਹੈ। ਪਰ ਦੋਸਤੋ, ਅਸਲ ਵਿੱਚ ਤੁਹਾਨੂੰ ਦੱਸ ਦਈਏ, ਮਾਨ ਸਾਹਿਬ ਇਸ ਵਕਤ ਹਨ ਟੋਰਾਂਟੋ ਦੇ ਵਿੱਚ, ਜਿਹੜੀ ਕਿ ਉਹਨਾਂ ਦੀ ਕੱਲ੍ਹ ਰਾਤ ਵਾਲੀ ਤਸਵੀਰ ਤੁਸੀਂ ਸਕਰੀਨ ਉੱਪਰ ਦੇਖ ਪਾ ਰਹੇ ਹੋਗੇ। ਦੋਸਤੋ, ਇਹ ਤਸਵੀਰ ਹੈ ਟੋਰਾਂਟੋ ਦੀ, ਜਿੱਥੇ ਕਿ ਮਾਨ ਸਾਹਿਬ ਆਪਣੇ ਦੋਸਤਾਂ ਮਿੱਤਰਾਂ ਨਾਲ ਖੜ੍ਹੇ ਹੋਏ ਦਿਖਾਈ ਦੇ ਰਹੇ ਹਨ। ਅਤੇ ਇਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਮਾਨ ਸਾਹਿਬ ਕਿਸੇ ਵੀ ਸ਼ੂਟ ਦੇ ਲਈ ਪੰਜਾਬ ਵਿੱਚ ਨਹੀਂ ਆਏ। ਪਰ ਦੋਸਤੋ, ਇਸ ਦੇ ਨਾਲ ਤੁਹਾਨੂੰ ਇਹ ਵੀ ਅਪਡੇਟ ਦੇ ਦਈਏ ਕਿ ਇਹ ਸੌਂਗ ਦੀ ਪੂਰੀ ਵੀਡੀਓ ਤਿਆਰ ਹੋ ਚੁੱਕੀ ਹੈ, ਐਡਿਟ ਵੀ ਹੋ ਚੁੱਕੀ ਹੈ। ਪਰ ਦੋਸਤੋ, ਗੱਲ ਹੈ ਹੁਣ ਮਾਨ ਸਾਹਿਬ ਦੇ ਇੱਕ ਇਸ਼ਾਰੇ ਦੀ, ਜੋ ਕਿ ਮਾਨ ਸਾਹਿਬ ਨਹੀਂ ਕਰ ਰਹੇ, ਕਿਉਂਕਿ ਦੋਸਤੋ ਤੁਸੀਂ ਵੀ ਜਾਣਦੇ ਹੋ ਕਿ ਪੰਜਾਬ ਵਿੱਚ ਹਾਲਾਤ ਹੀ ਇਹੋ ਜਿਹੇ ਬਣੇ ਹੋਏ ਹਨ ਕਿ ਕੋਈ ਵੀ ਗਾਣਾ ਇਸ ਵਕਤ ਰਿਲੀਜ਼ ਕਰਨਾ ਸਹੀ ਗੱਲ ਨਹੀਂ ਹੋਵੇਗੀ। ਪਰ ਦੋਸਤੋ, ਹੁਣ ਮਾਨ ਸਾਹਿਬ ਦੇ ਆਉਣ ਵਾਲੇ ਹਨ 3 ਸੌਂਗ, ਅੜ ਪੰਜਾਬੀ ਸੌਂਗ ਦੀ ਵੀਡੀਓ, ਘੁੰਮ ਘੁੰਮ ਸੌਂਗ ਦੀ ਵੀਡੀਓ, ਅਤੇ ਦੋਸਤੋ ਇਸ ਦੇ ਹੀ ਨਾਲ ਸਪੇਰਾ ਸੌਂਗ ਦੀ ਵੀਡੀਓ, ਜੋ ਕਿ 3 ਸੌਂਗ ਸ਼ੂਟ ਕਰਕੇ ਕੰਪਲੀਟ ਹੋ ਚੁੱਕੇ ਹਨ। ਸੋ ਦੋਸਤੋ, ਕਿਹਨੂੰ ਕਿਹਨੂੰ ਵੇਟ ਆ ਇਹਨਾਂ ਸੌਂਗਸ ਦੀ, ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ। ਅਤੇ ਅਗਲੀ ਅਪਡੇਟ ਨੂੰ ਸਭ ਤੋਂ ਪਹਿਲਾਂ ਪਾਉਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ।